ਅੱਜ 6ਵਾਂ ਜਹਾਜ਼ ਆ ਗਿਆ ਹੈ ਯੂਕਰੇਨ ਤੋਂ ਜਿੱਥੇ ਕਿ 1400 ਦੇ ਲੋਕ ਕਰੀਬ ਜਿਹੜੇ ਨੇ ਉਹ ਆ ਚੁੱਕੇ ਨੇ ਅੱਜ ਜਦੋਂ ਭਾਰਤ ਦੇ ਵਿੱਚ ਇਹ ਜਹਾਜ਼ ਪਹੁੰਚਿਆ ਤਾਂ ਮੰਤਰੀ ਮੁਖ्तार अब्बास नकਵੀ ਦੇ ਵੱਲੋਂ ਇਹਨਾਂ ਦਾ ਸਵਾਗਤ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਤਾਂ ਮੁਖ्तार अब्बास नकਵੀ ਜਿਹੜੇ ਨੇ ਉਹਨਾਂ ਨੇ ਵੈਲਕਮ ਕੀਤਾ ਇਹਨਾਂ ਲੋਕਾਂ ਦਾ ਜਿਹੜੇ ਯੂਕਰੇਨ ਤੋਂ ਆਏ ਨੇ ਜ਼ਿਆਦਾਤਰ ਸਟੂਡੈਂਟਸ ਨੇ ਇਸ ਦੇ ਵਿੱਚ 6ਵੀਂ ਫਲਾਈਟ ਆਈ ਹੈ ਅੱਜ 6ਵੀਂ ਫਲਾਈਟ ਦੇ ਵਿੱਚ ਇਹ तकरीबन 250 ਦੇ ਲੋਕ ਜਿਹੜੇ ਕਰੀਬ ਲੋਕ ਆਏ ਨੇ ਹੁਣ ਤੱਕ तकरीबन 1400 ਲੋਕ ਜਿਹੜੇ ਨੇ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਇੱਥੇ ਤੱਕ ਪਹੁੰਚ ਸਕੇ ਨੇ ਉਹ ਜੋ ਆਪਣੇ ਪੱਧਰ ਤੇ ਆ ਰਹੇ ਨੇ ਉਹ ਵੱਖਰਾ ਹੈ ਪਰ ਜੋ ਭਾਰਤ ਸਰਕਾਰ ਕਰ ਰਹੀ ਹੈ ਉਸ ਦੇ ਵਿੱਚ 1400 ਲੋਕ ਜਿਹੜੇ ਨੇ ਹੁਣ ਤੱਕ ਆ ਚੁੱਕੇ ਨੇ ਤਾਂ ਇਹ ਤਸਵੀਰਾਂ ਉਹਨਾਂ ਸਟੂਡੈਂਟਸ ਦੀਆਂ ਜਿਹੜੇ ਕਿ ਯੂਕਰੇਨ ਦੀ ਜੰਗ ਦੇ ਵਿਚਾਲੇ ਉੱਥੋਂ ਦੀ ਆਏ ਨੇ ਬਹੁਤ ਸਾਰੇ ਐਮਬੀਬੀਐਸ ਦੇ ਸਟੂਡੈਂਟਸ ਜਿਹੜੇ ਨੇ ਉੱਥੇ ਪੜ੍ਹਦੇ ਨੇ ਤੇ ਇਸ ਵਿਚਾਲੇ ਬਹੁਤ ਲੋਕਾਂ ਦੀਆਂ ਫਿਕਰਾਂ ਵਧੀਆਂ ਹੋਈਆਂ ਨੇ ਮਾਪਿਆਂ ਦੀਆਂ ਫਿਕਰਾਂ ਵਧੀਆਂ ਹੋਈਆਂ ਨੇ ਜਿਨ੍ਹਾਂ ਦੇ ਬੱਚੇ ਯੂਕਰੇਨ ਦੇ ਵਿੱਚ ਪੜ੍ਹ ਰਹੇ ਨੇ ਜਾਂ ਹੋਰ ਕਿਸੇ ਕੰਮ ਦੇ ਲਈ ਲੋਕ ਉੱਥੇ ਰਹਿ ਰਹੇ ਨੇ ਉਹ ਸਾਰਿਆਂ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਕਿ ਉਹ ਜਲਦ ਤੋਂ ਜਲਦ ਆਪਣੇ ਵਤਨ ਆ ਜਾਣ ਤੇ ਇਸ ਵਿਚਾਲੇ ਇਹ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਜਹਾਜ਼ ਭੇਜਿਆ ਗਿਆ ਸੀ ਉਸ ਦੇ ਰਾਹੀਂ ਇਹ ਲੋਕ ਜਿਹੜੇ ਨੇ ਵਾਪਸ ਆ ਗਏ ਨੇ ਤਾਰਾਹ ਜ਼ਰੂਰ ਮਹਿਸੂਸ ਕਰ ਰਹੇ ਹੋਣਗੇ ਸਟੂਡੈਂਟਸ ਇਹ ਵਿਦਿਆਰਥੀ ਜਿਹੜੇ ਉਸ ਜੰਗ ਦੇ ਵਿੱਚ ਮੌਤ ਦੇ ਮੂੰਹ ਚੋਂ ਨਿਕਲ ਕੇ ਜਿਹੜੇ ਨੇ ਉਹ ਬਾਹਰ ਆਏ ਨੇ ਤੇ ਅੱਜ ਇਹਨਾਂ ਦੀ ਵਤਨ ਵਾਪਸੀ ਹੋ ਗਈ ਹੈ